ਨਿੱਕਾ ਫੇਡਾ ਐਸਮੇ ਪਾਉਂਦੀ ਵੱਧ ਆਇਆ ਲਓ ਕਹਿੰਦੇ ਨਿੱਕਾ ਫੇਡਾ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਮਾਝੇ ਵਾਲੀ ਜਨਤਾ ਕਹਿੰਦੇ ਚਾਹੁੰਦੀ ਸੀ ਆ ਮੈਚ ਦੇਖਣਾ ਤੇ ਮਹਾਂਪੁਰਸ਼ਾਂ ਨੇ ਕਹਿੰਦੇ ਟੀਮਾਂ ਦੋਨੇ ਸੱਦੀਆਂ ਟੀਮਾਂ ਤਿਆਰ ਹੈ ਪਹਿਲੀ ਰੇਡ ਕਹਿੰਦੇ ਨਿੱਕੇ ਫਿੱਡੇ ਦੀ ਕੁੜੀ ਤਾੜੀ ਮਾਰ ਦੋ ਖੁੱਲ ਕੇ ਮੇਰੇ ਮਿੱਤਰੋ ਗੱਭਰੂ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਜਿਹੜਾ ਤੀਰ ਨਿਸ਼ਾਨੇ ਖੁੰਝ ਜੇ ਉਹ ਕਾਹਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜੇ ਵਾਰ ਲਓ ਕਹਿੰਦੇ ਨਿੱਕਾ ਫਿੱਡੂ ਮੇਰੇ ਮਿੱਤਰੋ ਬਾਬਾ ਜੀ ਜਿੰਨਾ ਮੁੰਡਾ ਥੱਲੋਂ ਹਿਲਦਾ ਉਹਨਾਂ ਮੁੰਡੇ ਦਾ ਢਿੱਡ ਵੀ ਹਿਲਦਾ ਪਹਿਲੀ ਰੇਡ ਤੇ ਤਾੜੀ ਮਾਰ ਦੋ ਚਪੈਂਜੀ ਆ ਗਿਆ ਚਪੈਂਜੀ ਆ ਗਿਆ ਮੇਰੇ ਪੰਜਾਬੀ ਵੀਰਿਓ 10 ਮਿੰਟ ਦਾ ਸਿੱਧਾ ਮੈਚ ਹੋਵੇਗਾ ਟੀਮਾਂ ਗਰਾਊਂਡ ਦੇ ਵਿੱਚ ਆਉਣਗੀਆਂ ਚਪੈਂਜੀ ਦੀ ਰੇਡ ਉਧਰਲੇ ਬੰਨੇ ਮੈਨੂੰ ਲੱਗਦਾ ਚੜਕਣਾ ਮੁਕਾਬਲਾ ਆਓ ਚਪੈਂਜੀ ਤੇ ਚੜਕ ਐਨ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਹੋ ਗਈ ਜੈ ਰਾਗੀ ਮਾਝੇ ਵਾਲਿਓ ਜੈ ਰਾਗੀ ਓ ਮਾਝੇ ਵਾਲਿਓ ਜੈ ਰਾਗੀ ਮਾਝੇ ਵਾਲਿਓ ਆਓ ਮੈਦਾਨਾਂ ਵਿੱਚ ਮੇਲਦੀ ਫਿਰਦੀ ਜ਼ਹਿਰ ਆਓ ਮੇਲਦੀ ਫਿਰਦੀ ਜ਼ਹਿਰ ਯਾਰ ਦੀ ਟੱਕਰ ਅਜੇ ਵੇਖ ਯਾਰਾ ਆਓ ਪੱਲੇ ਓ ਮੁੰਡਿਆ ਨਹੀਂ ਉਹ ਰਿਸਾ ਚੰਨ ਉਹ ਜਿਹਨੂੰ ਜਿਹਨੂੰ ਸਵਾਦ ਆਉਂਦਾ ਇੱਕ ਵਾਰੀ ਤਾੜੀ ਮਾਰੋ ਜ਼ੋਰਦਾਰ ਆ ਗਿਆ ਡੀਕੇ ਡੀਕੇ ਵਰਿੰਦਰ ਕਰ ਗੱਲ ਲਓ ਕਹਿੰਦੇ ਮੁੰਡਾ ਕਬੱਡੀ ਪਾਉਣ ਵਧੀਆ ਡੀਕੇ ਖੇਡਦੇ ਮੈਦਾਨ ਦੇ ਵਿੱਚ ਮਾਝੇ ਵਾਲੇ ਕਹਿੰਦੇ ਖੁਸ਼ ਨੇ ਇਹ ਮਹਾਂਪੁਰਸ਼ਾਂ ਦਾ ਵੱਡਾ ਉਪਰਾਲਾ ਆਓ ਡੀਕੇ ਦੀ ਰੇਡ ਤੇ ਡੀਕਾ ਇੱਥੇ ਪਿੱਛੇ ਪਾਉਂਗੇ ਵੇਖ ਕ੍ਰਿਸ਼ਨ ਪਿੱਛੇ ਪਾਉਂਗੇ ਵੇਖ ਤੇਰਾ ਵਿਰੋਧੀ ਥਾਪੀਆਂ ਮਾਰਦਾ ਰੇਡ ਕਬੱਡੀ ਦੇ ਮੈਦਾਨ ਵਿੱਚ ਨੱਟੋ 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 ਆਓ ਨੱਟੋ ਕਬੱਡੀ ਪਾਉਣ ਲਈ ਵਜਾਇਆ ਨਿੱਕੇ ਬੱਚੇ ਨੇ ਗੁੱਟ ਫੜਿਆ ਹੋਇਆ ਇਧਰਲੇ ਬੰਨੇ ਸ਼ਰਨਾ ਤੇ ਨੱਟ ਕਸਦੀ ਚੂੜੀ ਆਓ ਬੱਲੇ 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 ਵੇਖੋ ਮਲੀ ਸਾਹਿਬ ਅਜੇ ਡਡਵਿੰਡੀ ਦੀ ਤਿਆਰ ਕੀਤੀ ਹੋਈ ਟੀਮ ਲੱਗਦਾ ਹੋਇਆ ਜੱਫਾ ਆਉਂਦਲੇ ਬੰਨੇ ਨੱਟ ਤੇ ਸ਼ਰਨਾ ਮੇਰੇ ਮਿੱਤਰ ਐਂਡ ਕਹਿੰਦੇ ਮਾਝੇ ਵਾਲੇ ਖੁਸ਼ ਹੈ ਲਓ ਗੱਭਰੂ ਕਹਿੰਦੇ ਰੇਡ ਪਾ ਰਿਹਾ ਕਿ ਵੱਜੀਆਂ ਤਾੜੀਆਂ ਤੋਂ ਪਤਾ ਲੱਗਦਾ ਇਹਨਾਂ ਲੋਕਾਂ ਦੇ ਮਨ ਲੱਗਿਆ ਦਾ ਇੱਥੇ ਦੁਨੀਆਂ ਪੂਜਦੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਮੈਦਾਨੋਂ ਭੱਜਿਆਂ ਦਾ ਬਾਬਾ ਅਵਤਾਰ ਸਿੰਘ ਦੇ ਆ ਮੁੰਡੇ ਨੂੰ ਲੋਗੜ ਕਹਿੰਦੇ ਆ ਜਿਹੜਾ ਮੁੰਡਾ ਕਬੱਡੀ ਪਾਉਣ ਆ ਗਿਆ ਲੋਗੜ ਮੈਨੂੰ ਲੱਗਦਾ ਲੋਗੜ ਨੂੰ ਕੋਈ ਪੇਂਜਾ ਬਣ ਕੇ ਟੱਕਰ ਗਿਆ ਆਓ ਪਿੰਜ ਦਾ ਲੋਗੜ ਕਲਵਾਸਿਆ ਆਓ ਪਿੰਜ ਦਾ ਲੋਗੜ ਆਓ ਲੱਗਿਆ ਜੱਫਾ ਕਮਾਲ ਦਾ ਆਵੀ ਬਾਰੀਆਂ ਆਵੀ ਬਾਰੀਆਂ ਆਓ ਵੇਖੋ ਯਾਰਾ ਬਣਦਾ ਕੀ ਹੈ ਵਾਹ ਜੀ ਵਾਹ ਲਓ ਕਹਿੰਦੇ ਨਿੱਕਾ ਫਿੱਡੂ ਕੌਣ ਆ ਗਿਆ ਚਪੈਂਜੀ ਉਹ ਕਹਿੰਦਾ ਬੂਟੇ ਨੂੰ ਪਿੱਛੋਂ ਵੀ ਇਹਨਾਂ ਦਾ ਨਾਂ ਕੌਣ ਰੱਖਦਾ ਮੈਂ ਕਿਹਾ ਡਡਵਿੰਡੀ ਵਾਲਾ ਜੀ ਦੇ ਨਾਂ ਬੜੇ ਚੁਣ ਚੁਣ ਕੇ ਰੱਖੇ ਹੋਇਆ ਜਪੈਂਜੀ ਤੇ ਕ੍ਰਿਸ਼ਨ ਕ੍ਰਿਸ਼ਨ ਦੇ ਜਪੈਂਜੀ ਬੱਲੇ 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 ਹੋ ਗਈ ਮਿੱਤਰੋ ਆਧਾ ਬੁਗਲੇ ਨੂੰ ਪਿਆ ਹੀ ਪੱਟ ਕੁੱਟੀ ਜਾਂਦਾ ਆਧਾ ਬੁਗਲੇ ਵਾਂਗੂ ਪਿਆ ਹੀ ਪੱਟ ਕੁੱਟੀ ਜਾਂਦਾ ਵਰਿੰਦਰ ਕਰ ਗੱਲ ਲਓ ਕਾਂਡੋ ਹੈ ਕਹਿੰਦੇ ਮੇਰੇ ਮਿੱਤਰ ਰੇਡ ਪਾ ਰਿਹਾ ਕਾਂਡੋ ਖੇਡ ਦੇ ਮੈਦਾਨ ਦੇ ਵਿੱਚ ਸਿੱਖ ਸਰਦਾਰ ਗੱਭਰੂ ਦੀ ਕਬੱਡੀ ਹੈ ਕਾਂਡੋ ਨਾਮ ਹੈ ਮੁੰਡੇ ਦਾ ਬੜਾ ਪਿਆਰਾ ਨਾਮ ਹੈ ਕਹਿੰਦੀ ਮੈਂ ਕਰਦਾ ਦਵਾਵਾ ਸਾਰੇ ਰਹਿਣ ਹੱਸਦੇ ਨੀ ਮੈਂ ਇੰਨਾ ਵੀ ਨੀ ਮਾੜਾ ਜਿੰਨਾ ਲੋਕ ਦੱਸਦੇ ਮੈਨੂੰ ਲੱਗਦਾ ਕਿੱਕਰ ਤੇ ਕਾਂਡੋ ਚੜ ਗਈ ਭਾਨੀ ਇਹਨੂੰ ਕਹਿੰਦੇ ਭਾਨੀ ਕੱਲਾ ਨਾ ਜਾਈ ਖੇਤ ਵੇ ਕਿੱਕਰ ਤੇ ਕਾਂਡੋ ਰਹਿੰਦੀ ਕੱਲਾ ਨਾ ਜਾਈ ਖੇਤ ਵੇ ਕਿੱਕਰ ਤੇ ਕਾਂਡੋ ਰਹਿੰਦੀ ਆਏ ਕਾਂਡੋ ਅਗਲੀ ਰੇਡ ਕਬੱਡੀ ਦੇ ਮੈਦਾਨ ਦੇ ਵਿੱਚ ਇਧਰਲੇ ਬੰਨੇ ਪੀਕੇ 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 ਪਾਉਣ ਦੇ ਲਈ ਵਜਾਇਆ ਲੈ ਵੀ ਬਰਿੰਦਰ ਚੱਕਲਾ ਮਾਈਕ ਤੇ ਕਰਦੇ ਮੁੰਡੇ ਦੀ ਗੱਲ
ਪੀ ਕੇ ਰੇਡ ਪਾ ਰਿਹਾ ਉਧਰ ਕ੍ਰਿਸ਼ ਖੜਾ ਕੰਨੀ ਦੇ ਐਂਡ ਕਹਿੰਦੇ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਇਹ ਕ੍ਰਿਸ਼ ਦੇ ਪੀ ਕੇ ਪੱਲੇ 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 ਹਲਕਾ ਜਾ ਟੱਚ ਕਰਕੇ ਆਉ ਜਾਂਦੀ ਯਾਰ ਸੱਪਾਂ ਦੇ ਵੀ ਪੁੱਤ ਕਦੇ ਹੁੰਦੇ ਨੀ ਉਹ ਮਿੱਤ ਭਾਵੇਂ ਚੁਣੀਏ ਪਿਆ ਕੇ ਦੁੱਧ ਪਾਲਦੀ ਦਾਦਰ ਦੇ ਗੀਤ ਜਿਹਾ ਲੱਭਣਾ ਨੀ ਗੀਤ ਭਾਵੇਂ ਦੀਵਾ ਲੈ ਕੇ ਫਰੀ ਨੀ ਤੂੰ ਭਾਲਦੀ ਫਾਈਨਲ ਦੀਆਂ ਟੀਮਾਂ ਆ ਜਾਣੀਆਂ ਲੋਕੜ ਦੀ ਰੇਡ ਵਰਿੰਦਰ ਕਾਰਗਲ ਲਓ ਕਹਿੰਦੇ ਲੋਕੜ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਚਾਰ ਨੇ ਤੇ ਚਾਰਾਂ ਦੇ ਵਿੱਚੋਂ ਗੱਭਰੂ ਨੇ ਕਹਿੰਦੇ ਕੋਸ਼ਿਸ਼ ਕੀਤੀ ਏ ਬੱਲੇ 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 ਪੁਆਇੰਟ ਕਹਿੰਦੇ ਰੇਡਰ ਦਾ ਐਂਡ ਤਾੜੀ ਮਾਰ ਦੋ ਖੁੱਲ ਕੇ ਮੁੰਡੇ ਦੇ ਲਈ ਐਂਡ ਕਹਿੰਦੇ ਬੱਲੇ ਬੱਲੇ ਕਰਾ ਰਿਹਾ ਲਓ ਕਹਿੰਦੇ ਨਿਕਲਾ ਫੀਟੂ ਪਾ ਰਿਹਾ ਅਮਰੀਕ ਦੀ ਵੀ ਅੱਜ ਮੈਰਿਜ ਐਨਵਰਸਰੀ ਹੈ ਦੱਸਿਆ ਨਹੀਂ ਹੁਣ ਫੇਸਬੁੱਕ ਤੋਂ ਪਤਾ ਲੱਗਿਆ ਇਹ ਲੋਕਾਂ ਨੂੰ ਕਹਿੰਦਾ ਹੁੰਦਾ ਵੀ ਜਿਹਦਾ ਵਿਆਹ ਤਾਰਾਂ ਦੇ ਜੋੜ ਸਹੀ ਜੁੜ ਕੇ ਤਾਂ ਠੀਕ ਹੈ ਨਹੀਂ ਪਟਾਕੇ ਪੈਂਦੇ ਰਹਿੰਦੇ ਆ ਪਰਮਾਤਮਾ ਦੀ ਮਿਹਰ ਨਾਲ ਮੁਬਾਰਕਬਾਦ ਹੈ ਵੀ ਨੌਜਵਾਨ ਲਓ ਸਾਹਮਣੇ ਇਧਰਲੇ ਬੰਨੇ ਬਗਲ ਚੜੀ ਹੋਈ ਤੇ ਚਪੈਂਦੀ ਆ ਗਿਆ ਆ ਗਿਆ ਆ ਗਿਆ ਆ ਗਿਆ ਅਗਲੀ ਰੇਡ ਕਾਂਡੋ ਕਾਂਡੋ ਆ ਗਿਆ ਕਰ ਵਰਿੰਦਰ ਗੱਲ ਕਬੱਡੀ ਪਾਉਣ ਦੇ ਲਈ ਵਧ ਗਿਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਸਿੱਖ ਸਰਦਾਰ ਗੱਭਰੂ ਦੀ ਰੇਤ ਜਾਂ ਵੀ ਚਾਰ ਦੇ ਚਾਰਾਂ ਦੇ ਵਿੱਚੋਂ ਕਹਿੰਦੇ ਟੱਕਰ ਭਾਰੀ ਮੇਰੇ ਮਿੱਤਰੋ ਵਰਿੰਦਰ ਇਹਨੂੰ ਬੁਗਲਾ ਕਹਿੰਦੇ ਆ ਬੁਗਲਾ ਕਹਿੰਦੇ ਆ ਡਡਵਿੰਡੀ ਵਾਲਾ ਬੁਗਲਾ ਕਾਟੋ ਫੁੱਲਾਂ ਦੇ ਕਾਟੋ ਫੁੱਲਾਂ ਦੇ ਕਾਟੋ ਫੁੱਲਾਂ ਦੇ ਬਾਹੇ ਬੁਗਲਿਆ ਹਾਂ ਹੈ ਮੈਨੂੰ ਲੱਗਦਾ ਕਾਬਲ ਵੀ ਛੇੜਦਾ ਹੁਣ ਕਹਿੰਦਾ ਵੀ ਦੱਸ ਸਾਊਂਡ ਕਿਹਦੀ ਚੱਲਦੀ ਹੈ ਸਾਡੇ ਕਾਬਲ ਦੀ ਚੱਲਦੀ ਹੈ ਫਾਈਨਲ ਦੀਆਂ ਟੀਮਾਂ ਆ ਜਾਣਗੀਆਂ ਤੇ ਵਰਿੰਦਰ ਚੱਕਲਾ ਮਾਈਕ ਤੇ ਕਰਦੇ ਮੁੰਡੇ ਦੀ ਗੱਲ ਕਹਿੰਦੇ ਗੱਭਰੂ ਰੇਡ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਜ਼ੋਰ ਕਹਿੰਦੇ ਲੱਗਾ ਪਿਆ ਦੋਨਾਂ ਟੀਮਾਂ ਦਾ ਸ਼ੋ ਮੈਚ ਵਾਲੀਆਂ ਦਾ ਵੀ ਤੇ ਫਾਈਨਲ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਆ ਜਿੱਥੇ ਆਵਾਜ਼ ਨੂੰ ਸੁਣਨੀਆਂ ਕਰ ਤੇਰੀ ਗਰਾਊਂਡ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਲਓ ਰੇਡ ਕਹਿੰਦੇ ਸਿੱਖ ਸਰਦਾਰ ਗੱਭਰੂ ਨੀ ਇਹ ਕਹਿੰਦੇ ਕੌਣ ਹੈ ਜ਼ਹਿਰ ਹੈ ਮੇਰੇ ਮਿੱਤਰੋ ਐਂਡ ਕਹਿੰਦੇ ਗੱਭਰੂ ਲਾ ਟੱਚ ਦੇ ਭੱਜ ਆਇਆ ਕਿੱਤਕ ਡਿੰਗ ਦਾ ਯਾਰ ਮੇਲਦੀ ਫਿਰਦੀ ਆ ਮਾਝੇ ਦੇ ਮੈਦਾਨਾਂ ਵਿੱਚ ਯਾਰ ਮੇਲਦੀ ਫਿਰਦੀ ਆ ਬੁਗਲਾ ਕਬੱਡੀ ਪਾਉਣ ਆ ਗਿਆ ਇੱਕ ਬੁਗਲ ਪ੍ਰੀਤ ਜਿਵੇਂ ਰੁਪਿੰਦਰ ਕਹਿੰਦਾ ਹੁੰਦਾ ਬਠਿੰਡੇ ਵਾਲਾ ਬੁਗਲਾ ਆ ਕਹਿੰਦੇ ਵੀ ਦੁਆਬੇ ਦਾ ਬੁਗਲਾ ਉਧਰਲੇ ਬੰਨੇ ਕ੍ਰਿਸ਼ ਗੁੱਟ ਫੜ ਕੇ ਭੱਜੀ ਹੋਈ ਕਹਿੰਦੀ ਹੈ ਐਨ ਕਮਾਲ ਦਾ ਜਫਾ ਮੇਰੇ ਵੀਰੋ ਲਾਲੀ ਸਿੱਧੂ ਕਹਿੰਦੇ ਸਾਡਾ ਵੀਰ ਨੱਥੂ ਚੱਕ ਵਾਲਾ ਨਾਲ ਪ੍ਰਭ ਜੀ ਦੇ ਨਾਲ ਸਾਡੇ ਵੀਰ ਰਿਸ਼ਪਾਲ ਠੇਕੇਦਾਰ ਤੇ ਗੁਰਜੰਟ ਭਾਈ ਤੇ ਨਾਲ ਸਾਡਾ ਜੁਗਾ ਸਿੱਧੂ ਨਾਰਵੇ ਵਾਲਾ ਆਓ 5502 ਟੀਮਾਂ ਦੇ ਲਈ ਹੈ ਫਿੱਡੂ ਨੇ ਪੱਟਾਂ ਦਾ ਤਬਲਾ ਬਣਾ ਲਿਆ ਫਿੱਡੂ ਨੇ ਪੱਟਾਂ ਦਾ ਤਬਲਾ ਬਣਾ ਲਿਆ ਕਰ ਗੱਲ ਉਧਰ ਸਰਦਾਰ ਡਾਕਟਰ ਸੇਵਾ ਸਿੰਘ ਜੀ ਦੋਨਾਂ ਟੀਮਾਂ ਦੇ ਲਈ ਵੱਡੇ ਮਾਣ ਪੂਜਾ ਕਰਦੇ ਆ ਦੋਨਾਂ ਟੀਮਾਂ ਦੇ ਲਈ ਸੌ ਸੌ ਦੇ ਵੱਡੇ ਮਾਣ ਲਓ ਰੇਡ ਕਹਿੰਦੇ ਗੱਭਰੂ ਭਾ ਰਿਹਾ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਟੱਕਰ ਕਹਿੰਦੇ ਸ਼ੇਰਾਂ ਦੀ ਹੈ ਕਿ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਦੇਖੂ ਕੁੱਲ ਜਵਾਨਾਂ ਕਿ ਮੈਚ ਉਹੀ ਉਹ ਜਿੱਤਣਗੇ ਜਿਨ੍ਹਾਂ ਦੇ ਡਾਲਿਆਂ ਪੱਟਾਂ ਦੇ ਵਿੱਚ ਜਾਨਾਂ ਆਓ ਜੀ ਭਗਵਾਨਪੁਰ ਤੇ ਭਗਵਾੜਾ ਡਾਕਟਰ ਸੇਵਾ ਸਿੰਘ ਜੀ ਆ ਖੜੇ ਜੀ ਕੋਚ ਸਾਹਿਬ ਇਹਨਾਂ ਨੂੰ ਪੈਸੇ ਦੇ ਦਿਓ ਪਲੇਅਰਾਂ ਦੇ ਪੈਸੇ ਪਲੇਅਰਾਂ ਨੂੰ ਜਿਹਨਾਂ ਦੇ ਕੋਚ ਸਾਹਿਬ ਨੂੰ ਲਾਓ ਕਾਂਡੋ 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 ਲੈ ਵੀ ਅਜੇ ਕੌਣ ਇਹਦੇ ਬੰਦੇ ਭਾਨੀ 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 ਪਰ ਕਹਿੰਦੇ ਕਾਂਡੋ
ਵਰਿੰਦਰ ਦਾ ਨਾਂ ਭਾਨੀਆਂ ਦੇ ਭਾਨੀਵਾਰ ਬੰਦਾ ਬਾਲਾ ਪੈੜਾ ਹੁੰਦਾ ਇਹਦਾ ਨਾਂ ਭਾਨੀਆਂ ਦੇ ਭਾਨੀਵਾਰ ਬੰਦਾ ਬਾਲਾ ਪੈੜਾ ਹੁੰਦਾ ਰੇਡ ਪੈ ਗਈ ਤੇ ਕਰ ਗੱਲ ਲਓ ਕਹਿੰਦੇ ਗੱਭਰੂ ਰੇਡ ਪਾ ਰਿਹਾ ਏ ਬੱਲੇ 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 ਕਈ ਰੀਸਾਂ ਮੇਰੇ ਮਿੱਤਰੋ ਤੇ ਪੁਆਇੰਟ ਕਹਿੰਦੇ ਰੇਡਰ ਦਾ ਉਧਰ ਵੇਖੋ ਤੁਹਾਡਾ ਵਿਰੋਧੀ ਵਿਗਾੜ ਦਾ ਭੰਗੜਾ ਕਹਿੰਦਾ ਏਦਾਂ ਹੀ ਪਊਗਾ ਜੱਜ ਘਰਿਆਲਾ ਜੀ ਆ ਜਾਣਗੇ ਕਾਸੀਆਂ ਸਪਰਕ ਕਰ ਲੈਣਗੇ ਜ਼ਹਿਰ ਦੀ ਰੇਡ ਮੱਲੀ ਸਾਹਿਬ ਦਾ ਪੂਛ ਜੀ ਵੇਖੋ ਕਿਹੜੇ ਸਾਜ਼ੀ ਹੈ ਪੂਛ ਜੀ ਵੇਖੋ ਕਿਹੜੇ ਸਾਜ਼ੀ ਹੈ ਕਿਹਦੇ ਚੂਹੇ ਵਾਲੀ ਗੱਲ ਨਾ ਹੋ ਜਾਏ ਯਾਰ ਤਾਂ ਲੰਡੇ ਹੀ ਚੰਗੇ ਲਾਓ ਸਾਹਮਣੇ ਲਾਓ ਜਫਾ ਨੌਜਵਾਨੋ ਲਾਓ ਜਫਾ ਬੁਗਲਾ ਬੁਗਲਾ ਤੇ ਯਾਰ ਬੁਗਲਾ ਤੇ ਯਾਰ ਬੁਗਲਾ ਤੇ ਯਾਰ ਆਹ ਵੇਖੋ ਮੁਕਾਬਲਾ ਰੀਸਾ ਮੈਚ ਕਿਹਨੂੰ ਕਿਹਨੂੰ ਵਧੀਆ ਲੱਗਦਾ ਤਾਣੀ ਮਾਰੋ ਇੱਕ ਵਾਰੀ ਹੋਰ ਫਾਈਨਲ ਦੀਆਂ ਟੀਮਾਂ ਜਿੱਥੇ ਵਾਜ ਨੂੰ ਸੁਣਿਆ ਕਰ ਤਿਆਰੀ ਗਰਾਊਂਡ ਵਿੱਚ ਪਹੁੰਚਣੀ ਕਿਰਪਾਲਤਾ ਕਰਨ ਜੱਜ ਘਰਿਆਲਾ ਜੀ ਕਾਸੀ ਨਾਲ ਸੰਪਰਕ ਕਰ ਲੈਣਗੇ ਸਰਦਾਰ ਸਾਰਜ ਸਿੰਘ ਜੀ ਜਾਂਡੀ ਸਾਹਿਬ ਵੱਡਾ ਸਨਮਾਨ ਦੇ ਕੇ ਕਹਿੰਦਾ ਬੱਚਿਆਂ ਦੀਆਂ ਟੀਮਾਂ ਨੂੰ ਲਾਓ ਇੱਕ ਬੰਨੇ ਕ੍ਰਿਸ਼ ਵਾਹ ਨਹੀਂ ਉਹ ਰੀਸਾ ਵਾਹ ਇੱਥੇ ਰੱਖੋ ਵਾਰਾਂ ਦਾ ਸਟੈਪ ਵੀ ਇਹਦਾ ਵੱਖਰਾ ਹੈ ਪਤਾ ਨੀ ਕਿੰਨਾ ਕੁ ਡਿਜ਼ਾਈਨ ਨੇ ਮੀਨਾਕਾਰੀ ਸਾਰੀ ਸਿੱਧੂ ਸਾਹਿਬ ਮੈਨੂੰ ਲੱਗਦਾ ਸਿਰ ਤੇ ਕਰਾ ਲਈ ਹੈ ਮੀਨਾਕਾਰੀ ਸਾਰੀ ਜੱਜ ਘਰਿਆਲਾ ਭਰਾ ਸਾਡਾ ਸਾਹਮਣੇ ਮੈਨੂੰ ਆ ਕੀ ਬਣ ਗਿਆ ਫਿੱਡੂ ਆ ਕੀ ਬਣ ਗਿਆ ਫਿੱਡੂ ਆ ਕੀ ਬਣ ਗਿਆ ਫਿੱਡੂ ਫਿੱਡੂ ਨਾਲ ਹੁਣ ਤਬਲਾ ਪੁੱਟਿਆ ਜਾਣਾ ਨਾ ਹੀ ਹੁਣ ਢੱਡ ਹਿਲਣਾ ਆ ਮੁਸ਼ਕੀ ਦੇ ਰੰਗ ਵਾਲਾ ਮੁੰਡਾ ਮਾਰਦਾ ਥਾਪੀਆਂ ਕਹਿੰਦਾ ਐ ਇਹਨੂੰ ਸ਼ਰਨਾ ਕਹਿੰਦੇ ਆ ਵਰਿੰਦਰ ਕਰ ਗੱਲ ਲਓ ਕਹਿੰਦੇ ਗੱਭਰੂ ਰੇਡ ਪਾ ਰਿਹਾ ਉਧਰ 11 72 ਗੱਡੀਆਂ ਸਵਿਫਟ ਸਾਡੇ ਵੀਰ ਦੀ ਜਿਸ ਕਿਸੇ ਦੀ ਉਹ ਸਾਈਡ ਤੇ ਕਰ ਲਵੇ ਬੇਨਤੀ ਕਰਦੇ ਆ 11 72 ਨੰਬਰ ਹੈ ਗੱਡੀ ਦਾ ਚਲੋ ਨਜ਼ਰਾਂ ਪਾ ਕਬੱਡੀ ਉਧਰ ਕਹਿੰਦੇ ਕ੍ਰਿਸ਼ 2 ਨੰਬਰ ਤੇ ਖੜਾ ਚਾਰ ਦੇ ਚਾਰਾਂ ਦੇ ਵਿੱਚੋਂ ਇਹ ਝੜੇਕਾ ਮੇਰੇ ਮਿੱਤਰੋ ਐਨ ਕਹਿੰਦੇ ਬਲਿੰਗ ਵੱਲ ਪਾ ਕੇ ਬਹਿ ਗਿਆ ਇਹ ਬੱਲੇ 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 ਉਹ ਤਾੜੀ ਮਾਰ ਦੋ ਖੁੱਲ ਕੇ ਐਨ ਕਹਿੰਦੇ ਸਵਾਦ ਹੈ ਐਂਡ ਤਾੜੀਆਂ ਵੀ ਵੱਜੀਆਂ ਤੇ ਮੁੰਡਾ ਕਹਿੰਦੇ ਥਾਪੀਆਂ ਵੀ ਮਾਰਦਾ ਫਾਈਨਲ ਮੈਚ ਦੀਆਂ ਦੋਵੇਂ ਟੀਮਾਂ ਆ ਜਾਣ ਜਲਦੀ ਦੇ ਨਾਲ ਫਾਈਨਲ ਮੈਚ ਦੀਆਂ ਟੀਮਾਂ ਰਾਜ ਦੀਆਂ ਲਾਈਟਾਂ ਦਾ ਧੰਨਵਾਦ ਆ ਤਰਸੇਮ ਮਾਲੇ ਦਾ ਲੱਗਾ ਆ ਜੰਗਲਾਂ ਦੇ ਤਿਆਰ ਕੀਤੇ ਹੋਏ ਗਰਾਊਂਡ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੀਰ ਦਾ ਤੇ ਨਾਲ ਪੰਜਾਬ ਲਾਈਵ ਨੰਬਰ 1 ਦਾ ਔਰ ਸਾਡੇ ਡੇਲੀ ਪੋਸਟ ਪੰਜਾਬੀ ਵਾਲੇ ਵੀਰਾਂ ਦਾ ਤੇ ਨਾਲ ਧੰਨਵਾਦ ਆ ਕੁੰਦਰਾ ਸਾਹਿਬ ਜੀ ਹੋਰਾਂ ਦਾ ਲੰਮੇ ਟਾਈਮ ਤੋਂ ਮਹਾਂਪੁਰਸ਼ਾਂ ਦਾ ਉਹਨਾਂ ਦਾ ਪਿਆਰ ਹੈ ਉਹ ਵੀ ਸਾਡੇ ਵੀਰ ਡੀਡੀ ਪੰਜਾਬੀ ਵਾਲੇ ਪੁੱਜੇ ਹੋਏ ਆ ਸਾਰੀ ਫੈਡਰੇਸ਼ਨ ਦਾ ਸਾਰੇ ਕੋਚ ਸਾਹਿਬਾਨਾਂ ਦਾ ਸਾਰੇ ਖਿਡਾਰੀਆਂ ਦਾ ਪੁੱਜੇ ਹੋਏ ਮਹਾਂਪੁਰਸ਼ਾਂ ਦਾ ਜਿਹੜੇ ਵੀਰ ਲਾਈਵ ਵੇਖ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਖੇਡ ਬੁਲਾਰਿਆਂ ਦਾ ਮੇਰੇ ਵੀਰ ਅਮਰੀਕ ਖੋਸਾਕੋਟ ਦਾ ਮਨਦੀਪ ਕਾਲੀਏ ਵਾਲਾ ਵਿਸ਼ਾਲ ਦਰਾਏ ਗੁਰਜੰਟ ਬਲਟੋਆ ਤੇ ਵਰਿੰਦਰ ਸਾਡਾ ਵੀਰ ਤੇ ਵਰਿੰਦਰ ਕਰ ਗੱਲ ਲਓ ਕਹਿੰਦੇ ਮੁੰਡਾ ਐਂਡ ਤਗੜੇ ਇੱਕ ਦਾ ਵਾਧਾ ਕਰ ਗਿਆ ਲਓ ਜ਼ਹਿਰ ਆ ਗਈ ਹੈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਇਹ ਕਹਿੰਦੇ ਮੁੰਡਾ ਜਿਹੜਾ ਕਹਿੰਦੇ ਕਬੱਡੀ ਪਾ ਰਿਹਾ ਹੈ ਲਓ ਕਹਿੰਦੇ ਚਾਰ ਦੇ ਕਿ ਕਿਹੜਾ ਮੌਤ ਨੂੰ ਮਾਸੀ ਆਖੇ ਕੌਣ ਧੌਰ ਨੂੰ ਛੇੜੇ ਇਹ ਜੇ ਮੈਂ ਸੱਪ ਹੋਵਾਂ ਲੜ ਜਾ ਕਾਲ ਜੇ ਤੇਰੇ ਜ਼ਹਿਰ ਦੀ ਰੇਡ ਉਧਰਲੇ ਬੰਨੇ ਕੀਪਾ ਸੁਰਗਪੁਰੀਆ ਲੱਕੀ ਕੁਰਾਲੀ ਦੀਪਾ ਕੁਰਾਲੀ ਸ਼ੀਰਾ ਮੱਲਾ ਸਾਡੇ ਕੈਨੇਡਾ ਦੇ ਯਾਦਵਿੰਦਰ ਚੁੜਿਆਣਾ ਤੇ ਬਲਕਾਰ ਜੋ ਐਸ ਜਿਹੜੇ ਇਸ ਟੀਮ ਨੂੰ ਸਪੌਂਸਰ ਕਰਦੇ ਆ ਬਾਈ ਧੰਨਵਾਦ ਕਰਾਂਗੇ ਸਾਡੇ ਵੀਰ ਬੰਨੇ ਸੰਧੂ ਕਪੂਰਿਆਂ ਵਾਲੇ ਦਾ ਸੁਖ ਪੱਤੋ ਦਾ ਬਾਈ ਨਿਰਮਲ ਦਾ ਤੇ ਨਾਲ ਸ਼ੀਰੇ ਮੱਲੇ ਹੋਰਾਂ ਦਾ ਯੂਨਾਈਟਡ ਰੈਜੀਮੈਂਟ ਕਬੱਡੀ ਕਲੱਬ ਵਾਲੇ ਵੀਰ ਔਰ ਜਥੇਦਾਰ ਹਾਕਮ ਸਿੰਘ ਜੀ ਟੋਨਾ ਬਾਰੇਵਾਲ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਂ ਵੀ ਵਰਿੰਦਰ ਕਰ ਗੱਲ ਲਓ ਕਹਿੰਦੇ ਗੱਭਰੂ ਰੇਡ ਪਾ ਰਿਹਾ ਫਾਈਨਲ ਦੀਆਂ ਟੀਮਾਂ ਜਿੱਥੇ ਆਵਾਜ਼ ਨੂੰ ਸੁਣਦੀਆਂ ਕਰ ਤਿਆਰੀ ਗਰਾਊਂਡ ਵਿੱਚ ਪਹੁੰਚਦੀ ਕਿਰਪਾਲਤਾ ਕਰਨ ਲਾਓ ਗੱਭਰੂ ਦੀ ਰੇਡ ਤੇ ਜਾਫੀ ਜਿਹੜੇ ਕਹਿ ਮੇਰੇ ਮਿੱਤਰੋ ਐਂਡ ਬੱਲੇ ਬੱਲੇ ਕਰਾ ਗਿਆ ਨੌਜਵਾਨ ਦੇ ਥੋੜੀ ਸੱਟ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਪਰਮਾਤਮਾ ਮਿਹਰ ਕਰੇ ਵੀ ਕਿਸੇ ਖਿਡਾਰੀ ਦੇ ਸੱਟ ਨਾ ਲੱਗੇ ਸਦਾ ਆਉਣ ਵਾਲੇ ਸਮੇਂ ਦੇ ਯੋਧੇ ਨੇ ਸਟਾਰ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਦੇ ਮਿਹਰ ਭਰਿਆ ਹੱਥ ਰੱਖੇ ਇਹਨਾਂ ਖਿਡਾਰੀਆਂ ਦੇ ਉੱਪਰ ਸਮਾਂ ਪੱਧਰੀ ਵੀ ਆਇਆ ਸਾਡਾ ਵੀਰ ਗੁਰਜੰਟ ਕਹਿਰੋ ਰਿਸ਼ਪਾਲ ਠੇਕੇਦਾਰ ਲਾਲੀ ਸਿੱਧੂ ਹੋਰੀ ਵੱਡਾ ਸਨਮਾਨ ਕਰਦੇ ਨੇ ਬੋਲਾਂ ਦਾ ਫਿੱਡੂ ਦੀ ਪਾਈ ਰੇਡ ਮੈਨੂੰ ਲੱਗਦਾ ਟੱਕਰ ਬੋਗਲੇ ਨਾਲ ਹੈ ਟੱਕਰ ਬੋਗਲੇ ਨਾਲ ਹੈ ਬੱਲੇ
ਬੱਲੇ ਬੱਲੇ ਬੱਲੇ ਬੱਲੇ ਬੱਲੇ ਬੋ ਆ ਹੁਣ ਬਹੁ ਭੰਗੜਾ ਆ ਆ ਕੀ ਉਹ ਪਤੰਦਰਾ ਆ ਵੱਜ ਗਈ ਥਾਪੀ ਬਾਈ ਜਿਹਨੂੰ ਜਿਹਨੂੰ ਸਵਾਦ ਆਉਂਦਾ ਇੱਕ ਤਾੜੀ ਮਾਰ ਕੇ ਬੱਚਿਆਂ ਦਾ ਹੌਸਲਾ ਵਧਾ ਦਿਓ ਇੱਕ ਤਾੜੀ ਮਾਰ ਕੇ ਬੱਚਿਆਂ ਦਾ ਹੌਸਲਾ ਵਧਾ ਦਿਓ ਟੀਕੇ ਕਬੱਡੀ ਪਾਰਿਆ ਇਹ ਕਹਿੰਦੇ ਮਾਝੇ ਦੀ ਧਰਤੀ ਹੈ ਇੱਥੇ ਬਿਨਾਂ ਕਹਿ ਦੋ ਤਾੜੀ ਵੱਜਦੀ ਹੈ ਬਿਨਾਂ ਕਹਿ ਦੋ ਤਾੜੀ ਵੱਜਦੀ ਹੈ ਉੱਧਰ ਕਹਿੰਦੇ ਟੀਕੇ ਦੀ ਰੋਡ ਤੇ ਜਾਫੀ ਅਮਰਪਾਲ ਹੈ ਮੇਰੇ ਮਿੱਤਰੋ ਆਹੀ ਮੁੰਡਾ ਜੀ ਦਾ ਸਿੱਧਾ ਨਾਮ ਤੇ ਵਧੀਆ ਨਾਮ ਹੈ ਐਂਡ ਕਹਿੰਦੇ ਪਰ ਪੁਆਇੰਟ ਪੀਕੇ ਦਾ 15 ਤਰੀਕ ਨੂੰ ਕਹਿੰਦੇ ਪ੍ਰਾਗਪੁਰ ਦੀ ਧਰਤੀ ਦੇ ਵਾਲੀਬਾਲ ਦੇ ਓਪਨ ਕਾਢੋ ਆ ਗਈ ਕਾਢੋ ਆ ਗਈ ਮੁੰਡੇ ਦਾ ਪਤਲਾ ਜਿਹਾ ਸਰੀਰ ਲੈ ਵੀ ਬੁਗਲਿਆ ਕਾਟੋ ਕਬੱਡੀ ਪਾ ਰਹੀ ਹੈ ਕਾਟੋ ਕਬੱਡੀ ਪਾ ਰਹੀ ਹੈ ਨਾਮ ਹੀ ਇਹਦਾ ਵੱਖਰਾ ਲਾਓ ਸਾਹਮਣੇ ਲੈ ਵੀ ਬੁਗਲਿਆ ਕਾਟੋ ਚੜ ਗਈ ਕਿੱਕਰ ਤੇ ਬੁਗਲਿਆ ਕਾਟੋ ਚੜ ਗਈ ਕਿੱਕਰ ਤੇ ਹੁਣ ਨੀ ਹੱਥ ਆਉਂਦੀ ਹੁਣ ਨੀ ਹੱਥ ਆਉਂਦੀ ਅਗਲੀ ਰੇਡ ਤੇ ਵਰਿੰਦਰ ਕਰ ਗੱਲ ਲੋਗਣ ਆ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਲੋਗਣ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਬਣ ਗਿਆ ਲਓ ਤੇ ਕਹਿੰਦੇ ਲੋਗਰ ਦੀ ਰੇਡ ਤੇ ਜਾਫੀ ਕਹਿੰਦੇ ਕਬੱਡੀ ਦਾ ਕਰੇਸ਼ਾ ਮੇਰੇ ਮਿੱਤਰੋ ਇਹ ਪੱਲੇ 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 ਲੋਗਰ ਤੇ ਕਰੇਸ਼ ਮੁੰਡੇ ਨੇ ਕਹਿੰਦੇ ਗੁੱਟ ਫੜਿਆ ਤੇ ਨਾਲ ਕਹਿੰਦੇ ਕੈਂਚੀ ਲਾਈ ਹੈ ਐਂਡ ਕਹਿੰਦੇ ਮੁੰਡੇ ਨੇ ਹੁਣ ਗਿੱਟਾ ਪੁੱਟਿਆ ਗਿੱਟਾ ਪੁੱਟਿਆ ਤੇ ਗੱਲ ਕਸੂਤੀ ਹੈ ਗੱਲ ਸਮੇਂ ਦੀ ਹੈ ਕਿ ਸਮਾਂ ਤੇ ਸਮੁੰਦਰ ਦੀਆਂ ਲਹਿਰਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ ਸਮਾਂ ਤੇ ਸਮੁੰਦਰ ਦੀਆਂ ਲਹਿਰਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ ਬਾਜ ਫੌਜੀ ਜੀ ਦਾ ਵੀ ਧੰਨਵਾਦ